ਲੋਕ ਸਭਾ ਚੋਣਾਂ ਦੀ ਡੇਟ ਅਨਾਊਂਸ ਹੋ ਚੁੱਕੀ ਹੈ, ਜਿੱਥੇ ਪੂਰੇ ਦੇਸ਼ ਦੇ ਵਿੱਚ 7 ਗੇੜਾਂ ਦੇ ਵਿੱਚ ਚੋਣਾਂ ਹੋਣੀਆਂ ਨੇ। ਉੱਥੇ ਹੀ ਪੰਜਾਬ ਦੇ ਵਿੱਚ ਲਾਸਟ ਗੇੜ ਦੇ ਵਿੱਚ 19 ਮਈ ਦੀ ਜੋ ਡੇਟ ਫਾਈਨਲ ਹੋਈ ਹੈ, ਵੋਟਾਂ ਪੈਣਗੀਆਂ 19 ਮਈ ਨੂੰ ਅਤੇ 23 ਮਈ ਨੂੰ ਜਿਹੜਾ ਰਿਜ਼ਲਟ ਆਏਗਾ। ਇਸ ਵੇਲੇ ਅਸੀਂ ਮੌਜੂਦ ਹਾਂ ਬਠਿੰਡਾ ਦੇ ਫੌਜੀ ਚੌਂਕ ਦੇ ਵਿੱਚ। ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਜਿੱਥੇ ਪੂਰੇ ਦੇਸ਼ ਦੇ ਵਿੱਚ ਆਚਾਰ ਸੰਹਿਤਾ ਲੱਗ ਚੁੱਕੀ ਹੈ, ਚੋਣ ਜਾਬਤਾ ਲੱਗ ਚੁੱਕਿਆ ਹੈ ਅਤੇ ਉਸ ਤੋਂ ਬਾਅਦ ਵੀ ਜਿਹੜੇ ਪਾਰਟੀਆਂ ਦੇ ਹੋਰਡਿੰਗਸ ਲੱਗੇ ਹੋਏ ਨੇ, ਜਿਹੜੇ ਬੈਨਰ ਲੱਗੇ ਹੋਏ ਨੇ, ਹੋਰ ਕਈ ਤਰ੍ਹਾਂ ਦੇ ਜੋ ਪਾਰਟੀਆਂ ਦੇ ਬੋਰਡ ਹਜੇ ਵੀ ਮੁੱਖ ਜਿਹੜੇ ਬਾਜ਼ਾਰ ਹੈ ਉਹਨਾਂ ਦੇ ਵਿੱਚ ਲੱਗੇ ਹੋਏ ਨੇ। ਜਦਕਿ ਪ੍ਰਸ਼ਾਸਨ ਵੱਲੋਂ ਲਗਾਤਾਰ ਮੀਟਿੰਗ ਕੀਤੀ ਜਾ ਰਹੀ ਹੈ ਆਪਣੇ ਵੱਡੇ ਅਧਿਕਾਰੀਆਂ ਦੇ ਨਾਲ। ਕੱਲ੍ਹ ਵੀ ਬਠਿੰਡਾ ਦੇ ਵਿੱਚ DC ਸਾਹਿਬ ਵੱਲੋਂ ਜਿਹੜੀ ਮੀਟਿੰਗ ਕੀਤੀ ਗਈ ਆਪਣੇ ਅਧਿਕਾਰੀਆਂ ਦੇ ਨਾਲ, ਅਤੇ ਅੱਜ ਪੰਜਾਬ ਹਰਿਆਣਾ ਅਤੇ ਰਾਜਸਥਾਨ 3 ਰਾਜਾਂ ਦੀ ਪੁਲਿਸ ਵੱਲੋਂ ਮੀਟਿੰਗ ਕੀਤੀ ਗਈ ਹੈ ਲੋਕ ਸਭਾ ਚੋਣਾਂ ਦੇ ਵਿੱਚ। ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜੀ ਹੋਰਡਿੰਗਸ ਲੱਗੀਆਂ ਹੋਈਆਂ ਨੇ ਉਸ ਦਾ ਪ੍ਰਭਾਵ ਹੈ ਜੋ ਕਿ ਪ੍ਰਸ਼ਾਸਨ ਉੱਤੇ ਜ਼ਿਆਦਾ ਲੱਗ ਰਿਹਾ ਹੈ, ਕਿਉਂਕਿ ਮੌਜੂਦਾ ਸਰਕਾਰ ਹੈ ਕਾਂਗਰਸ ਪਾਰਟੀ ਦੇ ਜਿਹੜੇ ਹੋਰਡਿੰਗਸ ਲੱਗੇ ਹੋਏ ਨੇ, ਅਤੇ ਤਾਂ ਜੋ ਸ਼ਾਇਦ ਲੱਗ ਰਿਹਾ ਹੈ ਕਿ ਇਹਨਾਂ ਹੋਰਡਿੰਗਸ ਨੂੰ ਉਤਾਰਨ ਦੇ ਵਿੱਚ ਪ੍ਰਸ਼ਾਸਨ ਕਿਤੇ ਨਾ ਕਿਤੇ ਦੇਰੀ ਵਰਤ ਰਿਹਾ ਹੈ। ਹੁੰਦਾ ਇਹ ਹੈ ਕਿ ਚੋਣ ਜਾਬਤਾ ਜਦੋਂ ਵੀ ਲੱਗ ਜਾਂਦਾ ਉਸ ਤੋਂ ਨਾਲ ਦੀ ਨਾਲ ਹੀ ਜਿੰਨੇ ਵੀ ਪਾਰਟੀਆਂ ਦੇ ਹੋਰਡਿੰਗਸ ਜਿਹੜੇ ਬਾਜ਼ਾਰਾਂ ਦੇ ਵਿੱਚ ਲੱਗੇ ਹੁੰਦੇ ਨੇ, ਬੋਰਡ ਲੱਗੇ ਹੁੰਦੇ ਨੇ, ਉਹਨਾਂ ਨੂੰ ਨਾਲ ਦੀ ਨਾਲ ਉਤਾਰਿਆ ਜਾਂਦਾ। ਪਰ ਬਠਿੰਡਾ ਦੇ ਵਿੱਚ ਕਈ ਥਾਵਾਂ 'ਤੇ ਜੋ ਕਾਂਗਰਸ ਪਾਰਟੀ ਦੇ ਹੋਰਡਿੰਗਸ ਲੱਗੇ ਦਿਖਾਈ ਦਿੱਤੇ ਨੇ। ਕੈਮਰਾਮੈਨ ਹੈਪੀ ਦੇ ਨਾਲ ਜੁਗਨੂ ਸ਼ਰਮਾ, ਦੈਨਿਕ ਸਵੇਰਾ TV, ਬਠਿੰਡਾ।